ਅੱਛੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੋਨੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀ ਦੀਆਂ ਖਬਰਾਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਕਿ ਕਿਸ ਹਿਸਾਬ ਦੇ ਨਾਲ ਇਟਲੀ ਦੀ ਇੱਕ ਸਟੇਟ ਦੇ ਵਿੱਚ ਕੋਵਿਡ ਦੀ ਇਹ ਗਿਣਤੀ ਦੇ ਨਾਲ ਕੀਤੀ ਜਾ ਰਹੀ ਸੀ ਛੇੜਛਾ ਵਧਾ ਰਹੇ ਸੀ ਘਟਾ ਰਹੇ ਸੀ ਗਿਣਤੀ ਮਰਨ ਵਾਲਿਆਂ ਦੀ ਵਧ ਘਟ ਦੱਸੀ ਜਾ ਰਹੀ ਸੀ ਸਭ ਕੁਝ ਗਲਤ ਮਲਤ ਕੀਤਾ ਜਾ ਰਹੀ ਸੀ ਕਿਹੜੀ ਸਟੇਟ ਵਿੱਚ ਕੀਤਾ ਜਾ ਰਹੀ ਸੀ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਦੇਖਾਂਗੇ ਉਸ ਤੋਂ ਬਾਅਦ ਹੋਰ ਵੀ ਬਹੁਤ سارے ਅਪਡੇਟ ਨੇ ਜੋ ਅੱਜ ਦੀਆਂ ਖਬਰਾਂ ਦੇ ਵਿੱਚ ਦੱਸੇ ਜਾਣਗੇ ਪਰ ਸਭ ਤੋਂ ਪਹਿਲਾਂ ਜੋ ਅਪਡੇਟ ਉਹ ਇਹ ਹੈ ਜੀ ਇਟਲੀ ਦੀ ਸਿਚੁਏਸ਼ਨ ਦੇਖਦੇ ਹਾਂ ਇਟਲੀ ਦੇ ਵਿੱਚ ਅੱਜ 16017 ਨਵੇਂ ਕੇਸ ਆਇਆ 529 ਮਰੀਜ਼ਾਂ ਦੀ ਮੌਤ 18687 ਮਰੀਜ਼ ਟੋਟਲ ਹੋਇਆ ਠੀਕ ਜੇ ਗੱਲ ਕਰੀਏ ਪੋਜ਼ਿਟਿਵ ਮਰੀਜ਼ਾਂ ਦੀ ਤਾਂ 562832 ਟੋਟਲ ਪੋਜ਼ਿਟਿਵ ਮਰੀਜ਼ ਇਟਲੀ ਦੇ ਵਿੱਚ ਅੱਜ ਵੀ ਮੌਜੂਦ ਹੈ ਜਿਨ੍ਹਾਂ ਦੇ ਵਿੱਚ 3716 ਬੰਦੇ ਥੈਰਾਪੀ ਇੰਟੈਂਸਿਵਾ ਦੇ ਵਿੱਚ ਜੋ ਐਮਰਜੈਂਸੀ ਵਾਰਡ ਨੇ 29231 ਬੰਦਾ ਹਸਪੀਟਲਾਂ ਦੇ ਵਿੱਚ ਕੋਵਿਡ ਦੇ ਸਿੰਪਟਮ ਦੇ ਨਾਲ ਐਡਮਿਟ ਤੇ ਜੇ ਗੱਲ ਕਰੀਏ ਟੋਟਲ ਘਰਾਂ ਦੇ ਵਿੱਚ ਕੁਆਰੰਟਾਈਨ ਕੀਤੇ ਹੋਏ ਬੰਦਿਆਂ ਦੀ 529858 ਟੋਟਲ ਬੰਦਾ ਘਰਾਂ ਦੇ ਵਿੱਚ ਕੁਆਰੰਟਾਈਨ ਕੀਤਾ ਗਿਆ ਤੇ ਵੈਕਸੀਨ ਦੀ ਜੇ ਅਸੀਂ ਗੱਲ ਕਰੀ ਤਾਂ ਵੈਕਸੀਨ ਇੰਡੀਆ ਅੱਜ ਵੀ ਚੌਥੇ ਨੰਬਰ ਤੇ 6 ਕਰੋੜ 11 ਲੱਖ ਬੰਦਿਆਂ ਦੀ ਵੈਕਸੀਨ ਦਾ ਪਹਿਲਾ ਡੋਜ਼ ਅਤੇ 99 ਲੱਖ ਬੰਦਿਆਂ ਦੇ ਜਿਹੜਾ ਵੈਕਸੀਨ ਦਾ ਦੂਸਰਾ ਡੋਜ਼ ਲੱਗ ਚੁੱਕਾ ਜੇ ਇਟਲੀ ਦੀ ਗੱਲ ਕਰੀ ਤਾਂ ਅੱਜ ਇਟਲੀ 15ਵੇਂ ਨੰਬਰ ਤੇ ਆ ਗਿਆ ਦੁਨੀਆ ਦੇ ਵਿੱਚ 98 ਲੱਖ 30 ਹਜ਼ਾਰ ਜਿਹੜੀਆਂ ਵੈਕਸੀਨ ਦੀਆਂ ਪਹਿਲੀਆਂ ਡੋਜ਼ਾਂ ਤੇ 30 ਲੱਖ 87 ਹਜ਼ਾਰ ਦੂਸਰੀ ਜਿਹੜੀ ਡੋਜ਼ ਵੈਕਸੀਨ ਦੀ ਇਟਲੀ ਦੇ ਵਿੱਚ ਲੱਗ ਚੁੱਕੀ ਹੈ ਸਭ ਤੋਂ ਵੱਧ ਕੇਸ ਕਿੱਥੇ ਆਏ ਨੇ ਵੱਧਿਆ ਜੀ ਦੇਖਦੇ ਹਾਂ ਜੀ ਸਭ ਤੋਂ ਵੱਧ ਕੇਸ ਆਇਆ ਜੀ ਲੋਮਬਰਦੀਆ ਦੇ ਵਿੱਚ ਅੱਜ 3271 ਲੋਮਬਰਦੀਆ ਵਿੱਚ ਕੇਸ ਆ ਪੀਮੋਂਤੇ ਦੇ ਵਿੱਚ 1800 1861 ਕਲਾਸੀਓ ਦੇ ਵਿੱਚ 1563 ਕੰਪਾਨੀਆ ਦੇ ਵਿੱਚ 1573 ਅਤੇ ਪੂਲੀਆ ਦੇ ਵਿੱਚ 1527 ਜਿਹੜਾ ਨਵਾਂ ਕੇਸ ਸਾਹਮਣੇ ਆਇਆ ਜੀ ਇਹ ਆ ਜੀ ਖਬਰਾਂ ਜਿੱਥੇ ਸਭ ਤੋਂ ਵੱਧ ਰੇਟ ਸਾਹਮਣੇ ਆਏ ਨੇ ਜੋ ਦੇਖਣ ਨੂੰ ਆਇਆ ਜੀ ਟਾਪ 5 ਸਟੇਟਾਂ ਦੋਸਤੋ ਬਾਅਦ ਚੱਲਦੇ ਹਾਂ ਸਭ ਤੋਂ ਮੇਨ ਅਪਡੇਟ ਬਾਅਦ ਮੇਨ ਅਪਡੇਟ ਕੀ ਹੈ ਜੀ ਆਸਟਰਾ ਜ਼ੇਨ ਦਾ ਸਾਨੂੰ ਸਾਰਿਆਂ ਨੂੰ ਪਤਾ ਜਿਹੜੀ ਵੈਕਸੀਨ ਹੈ ਉਹ ਵੈਕਸੀਨ ਹੈ ਜੀ ਜਿਹਦਾ ਜਿਹੜੀ ਹੁਣ ਇਸ ਟਾਈਮ ਕਾਫੀ ਅਸੀਂ ਕਹਿ ਸਕਦੇ ਹਾਂ ਕਿ ਬਦਨਾਮ ਹੋ ਚੁੱਕੀ ਹੈ ਬਦਨਾਮ ਕਿਉਂ ਹੋ ਚੁੱਕੀ ਹੈ ਕਿਉਂਕਿ ਬਹੁਤ ਸਾਰੇ ਦੇਸ਼ਾਂ ਨੇ ਇਹਨਾਂ ਨੂੰ ਸਸਪੈਂਡ ਕੀਤਾ ਹੈ ਜਰਮਨ ਦੇ ਵਿੱਚ ਬਰਲਿਨ ਦੇ ਵਿੱਚ ਵੀ ਜਿਨ੍ਹਾਂ ਦੀ ਉਮਰ 60 ਸਾਲ ਤੋਂ ਘੱਟ ਆ ਉਹਨਾਂ ਨੂੰ ਉਹਨਾਂ ਤੇ ਬੈਨ ਲਾ ਦਿੱਤਾ ਗਿਆ ਕਿ ਉਹਨਾਂ ਦੇ ਜਿਹੜੀ ਇਹ ਵੈਕਸੀਨ ਨਹੀਂ ਲੱਗਣੀ ਅਤੇ ਇੱਕ ਹੋਰ ਲੱਗਾ ਜੀ ਇੱਕ ਬੰਦੇ ਦੇ ਫਾਈਜ਼ਰ ਵੈਕਸੀਨ ਲੱਗਣੀ ਸੀ ਫਾਈਜ਼ਰ ਦੀ ਜਗ੍ਹਾ ਉਸ ਬਜ਼ੁਰਗ ਬੰਦੇ ਦੇ ਵੈਕਸੀਨ ਲੱਗ ਗਈ ਆਸਰਾ ਜਨਕਾ ਉਹ ਆਸਰਾ ਜਨਕਾ ਵੈਕਸੀਨ ਲੱਗਣ ਦੇ ਨਾਲ ਉਹ ਦੀ ਸਿਹਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ ਤਾਂ ਉਸ ਬੰਦੇ ਬਜ਼ੁਰਗ ਦਾ ਜਿਹੜਾ ਨਿਪੋਤੇ ਆ ਜਿਹੜਾ ਉਹਦਾ ਭਤੀਜਾ ਆ ਉਹਦਾ ਜਿਹੜਾ ਪੋਤਾ ਆ ਉਹਨੇ ਹੁਣ ਸ਼ਾਇਦ ਕੇਸ ਕਰਨ ਬਾਰੇ ਸੋਚ ਰਿਆ ਵੀ ਜਿਹੜੀ ਵੈਕਸੀਨ ਦੱਸਿਆ ਗਿਆ ਸੀ ਉਹ ਵੈਕਸੀਨ ਨਹੀਂ ਲਾਈ ਤੇ ਹੋਰ ਹੀ ਵੈਕਸੀਨ ਲਾ ਕੇ ਉਹਦਾ ਜਿਹੜਾ ਉਹਦੇ ਜਿਹੜੇ ਜ਼ੀਓ ਦੀ ਚਾਚਾ ਤਾਇਆ ਜਾਂ ਕੋਈ ਵੀ ਹੈ ਉਹਦੀ ਜਿਹੜੀ ਸਿਹਤ ਖਰਾਬ ਕਰਤੀ ਆ ਆਸਟਰਾ ਜ਼ੇਨਕ ਨੇ ਆਪਣੀ ਜਿਹੜੀ ਪੂਰੀ ਦੁਨੀਆ ਦੇ ਵਿੱਚ ਉਹਦਾ ਨਾਮ ਖਰਾਬ ਹੁੰਦਾ ਦੇਖ ਕੇ ਆਪਣਾ ਜਿਹੜਾ ਨਾਮ ਬਦਲ ਲਿਆ ਜੀ ਹੁਣ ਪੂਰੀ ਦੁਨੀਆ ਦੇ ਵਿੱਚ ਇਹਨੂੰ ਅਸੀਂ ਆਸਰਾ ਜ਼ੈਨਗਾ ਦੇ ਨਾਲ-ਨਾਲ ਨਹੀਂ ਹੁਣ ਇਹਦਾ ਨਾਮ ਰੱਖ ਦਿੱਤਾ ਗਿਆ ਜੀ ਵਾਕਸ ਜ਼ੇਰਬੀਆ ਵਾਕਸ ਜ਼ੇਰਬੀਆ ਨਾ ਰੱਖਤਾ ਜੀ ਆਸਰਾ ਜ਼ੈਨਗਾ ਦਾ ਕਿਉਂ ਕਿ ਆਸਰਾ ਜ਼ੈਨਗਾ ਜਿਸ ਵੇਲੇ ਵੀ ਕਿਸੇ ਨੇ ਸੁਣਨਾ ਉਹਨੂੰ ਲੱਗਣਾ ਵੀ ਹਾਂ ਉਹੀ ਹੈ ਜਿਹਦੇ ਨਾਲ ਕਿਸੇ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਥੋੜਾ ਜਿਹਾ ਡਰੂਗਾ ਜਦੋਂ ਉਹਨੂੰ ਕਹਿਣਾ ਵੀ ਕਿਹੜੀ ਵੈਕਸੀਨ ਲਗਣੀ ਉਹਨੇ ਕਹਿਣਾ ਜੀ ਵਾਕਸ ਜ਼ੇਰਬੀਆ ਲਗਣੀ ਹੈ ਵਾਕਸ ਜ਼ੇਬਰੀਆ ਤੇ ਪਹਿਲੀ ਵਾਰ ਸੁਣੀ ਉਹ ਲਗਣੀ ਹੈ ਤਾਂ ਇਸ ਕਰਕੇ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਘੱਟ ਹੋਊਗਾ ਤੇ ਜਿਹੜੀ ਉਹਦੇ ਵਿੱਚ ਪਰਚੀ ਹੁੰਦੀ ਜਿਹਨੂੰ ਬਜਟ ਦੀਨੋ ਕਹਿੰਦੇ ਪਏ ਇਹਦੇ ਨਾਲ ਕਿਹੜੇ-ਕਿਹੜੇ ਨੁਕਸਾਨ ਹੁੰਦੇ ਉਹਨਾਂ ਦੇ ਵਿੱਚ ਇਹ ਕੀ ਵੀ ਨੁਕਸਾਨ ਆ ਕਿ ਜਿਸ ਟਾਈਮ ਤੁਹਾਨੂੰ ਵੈਕਸੀਨ ਲੱਗਣੀ ਹੈ ਤਾਂ ਵੈਕਸੀਨ ਲੱਗਣ ਦੇ ਨਾਲ ਜਿਹੜਾ ਤੁਹਾਡੇ ਖੂਨ ਦੇ ਵਿੱਚ ਗੋਲੇ ਬਣ ਸਕਦੇ ਆ ਖੂਨ ਸੰਘਣਾ ਹੋ ਸਕਦਾ ਜਿਨ੍ਹਾਂ ਦੇ ਨਾਲ ਬਹੁਤ ਬੰਦਿਆਂ ਦੇ ਸ਼ਾਇਦ ਪਰਸੈਂਟੇਜ ਵੀ ਦੱਸੀ ਹੋਊਗੀ ਕਿ ਕਿੰਨੇ ਪਰਸੈਂਟ ਕਿ ਉਹਦੇ ਨਾਲ ਜਿਹੜੀ ਮੌਤ ਵੀ ਹੋ ਸਕਦੀ ਆ ਖੂਨ ਦੇ ਵਿੱਚ ਜਿਹੜੀਆਂ ਗੱਠਾਂ ਬਣਨੀਆਂ ਜਿਨ੍ਹਾਂ ਦੇ ਨਾਲ ਮੌਤ ਹੋ ਜਾਂਦੀ ਹੈ ਜੀ ਇਹ ਆ ਜਿਹੜੀਆਂ ਇਹਦੇ ਜਿਹੜੇ ਐਫਐਟੀ ਕੋਲਾ ਤੇ ਰਾਲੀ ਜਿਹੜਾ ਇਹਨੂੰ ਲਵਾਣ ਦੇ ਜਿਹੜੇ ਨੁਕਸਾਨ ਹੁੰਦੇ ਆ। ਅੱਜ ਅਪਡੇਟ ਚੱਲਦੀ ਹੈ ਜੀ ਦੁਨੀਆ ਦੇ ਵਿੱਚ ਜਿਹੜਾ ਸਮੁੰਦਰੀ ਮਾਰਗਾਂ ਹੀ ਵਪਾਰ ਹੋ ਰਿਹਾ ਸਾਨੂੰ ਸਾਰਿਆਂ ਨੂੰ ਪਤਾ ਕਿ ਸੂਇਜ਼ ਦੇ ਵਿੱਚ ਜਿਹੜੀ ਕਨਾਲ ਹੈ ਇੱਕ ਜੋ ਨਹਿਰ ਬਣਾਈ ਗਈ ਹੈ ਜੋ ਅੱਜ ਤੋਂ 1.5 200 ਸਾਲ ਪਹਿਲਾਂ ਬਣਾਈ ਗਈ ਸੀ ਉਸ ਦੇ ਵਿੱਚ ਜਿਹੜਾ ਇੰਜੀਨੀਅਰਾਂ ਨੇ ਕੰਮ ਕੀਤਾ ਪਹਿਲੀ ਗੱਲ ਉਹ ਦੱਸੀ ਜਾ ਰਹੀ ਸੀ ਕਿ ਉਹਨਾਂ ਨੇ ਸ਼ਾਇਦ ਕੁਝ ਗਲਤ ਕੀਤਾ ਇਸ ਜਿਸ ਕਾਰਨ ਉਹ ਪਾਣੀ ਦਾ ਵਹਾਅ ਦੇ ਵਿੱਚ ਪ੍ਰੋਬਲਮ ਪੈ ਸਾਦੀ। ਤੇ ਜਿਸ ਕਾਰਨ ਜਿਹੜੀ ਐਵਰਗ੍ਰੀਨ ਸ਼ਿਪ ਜਿਹੜਾ ਉੱਥੇ ਫਸਿਆ 2 400 ਮੀਟਰ ਲੰਬਾ 2000 ਟਨ ਜਿਹਦੇ ਵਿੱਚ ਭਾਰ ਸੀਗਾ ਤੇ ਉਹਦੀ ਗਲਤੀ ਉਸ ਸੀ ਪਰ ਹੁਣ ਕੀ ਹੈ ਜੀ ਐਵਰਗ੍ਰੀਨ ਦਾ ਜਿਹੜਾ ਵੀ ਇੱਕੋ ਹੀ ਪਾਜੋ ਜਿੰਨੇ ਵੀ ਕੈਪਟਨ ਸਮੇਤ ਜਿਹੜੇ 25 ਮੈਂਬਰ ਸੀ ਕਰੂਜ਼ ਦੇ ਜਿਹੜੇ ਉੱਥੇ ਗਰੁੱਪ ਦੇ ਮੈਂਬਰ ਆ ਟੋਟਲ ਸਾਰੇ ਤਕਰੀਬਨ ਦੱਸਿਆ ਜਾ ਰਿਹਾ ਹੈ ਕਿ ਇੰਡੀਅਨ ਨੂੰ ਇਹਨਾਂ ਨੂੰ ਸ਼ਾਇਦ ਹੁਣ ਅਕੂਜ਼ੇ ਪੈਨਾਲੀ ਲੱਗ ਸਕਦੀ ਇਹਨਾਂ ਦੇ ਸਿਰ ਕੇਸ ਹੋ ਸਕਦਾ ਕੋਰਟ ਮਾਰਸ਼ਲ ਵਗੈਰਾ ਇਹਨਾਂ ਨੂੰ ਘਰ ਦੀ ਜੇਲ੍ਹ ਵੀ ਕੀਤੀ ਜਾ ਸਕਦੀ ਹੈ ਫਿਲਹਾਲ ਕੁਝ ਵੀ ਇਹ ਦੱਸਣਾ ਮੁਸ਼ਕਲ ਹੈ ਐਸ ਟਾਈਮ ਜਿਹੜਾ ਟਾਈਮਸ ਆਫ ਇੰਡੀਆ ਇੰਡੀਆ ਦੀ ਅਖਬਾਰੋ ਦੇ ਵਿੱਚ ਗੱਲ ਆਈ ਹੈ ਕਿ ਸ਼ਾਇਦ ਇਹਦਾ ਜਿਹੜਾ ਕੋਡ ਇਹਨਾਂ ਨੂੰ ਕਰਦੀ ਜੇਲ ਕੀਤੀ ਜਾਊਗੀ ਤੇ ਜਿਸ ਟਾਈਮ ਹੀ ਇਹਨੂੰ ਫ੍ਰੀ ਕੀਤਾ ਇਸ ਨੈਰ ਨੂੰ ਇਸ ਕਨਾਲੇ ਨੂੰ ਸੋਏ ਜਨੂੰ ਤਾਂ 37 ਜੜੀਆਂ ਰੁਕੀਆਂ ਹੋਈਆਂ ਸ਼ਿਪਸ ਸਿਗੀਆਂ ਰੁਕੀਆਂ ਹੋਈਆਂ ਕਸ਼ਤੀਆਂ ਸਿਗੀਆਂ ਉਹਨਾਂ ਨੇ ਉਸ ਵੇਲੇ ਉੱਥੋਂ ਲੰਘੇ ਕਿਉਂਕਿ ਬਹੁਤ ਸਾਰੇ ਲੋਕ ਇਸ ਜਗ੍ਹਾ ਲੋਕੀ ਹੋਏ ਸੇ ਵਪਾਰ ਉਤੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਬਹੁਤ ਹੀ ਜ਼ਿਆਦਾ ਅਸਰ ਪੈ ਰਿਹਾ ਸੀ ਇਹਦੇ ਨਾਲ ਯੂਰਪ ਨੂੰ ਮਿਲੀ ਜੀ ਧਮਕੀ ਯੂਰਪ ਨੂੰ ਮਿਲੀ ਹੈ ਧਮਕੀ ਕਿ 100 ਮਿਲੀਅਨ ਡੋਜ਼ਾਂ ਜਿਹੜੀਆਂ ਫਾਈਜ਼ਰ ਦੀਆਂ ਆਣੀਆਂ ਜੋ ਪੂਰੇ ਯੂਰਪ ਦੀ ਕੰਟਰੀਆਂ ਨੂੰ ਮਿਲਣੀਆਂ ਨੇ ਆਸਟਰੀਆ ਨੇ ਕਿਹਾ ਕਿ ਮੈਂ ਇਹ 100 ਮਿਲੀਅਨ ਡੋਜ਼ ਨੂੰ ਬਲੌਕ ਕਰ ਦੇਣਾ ਬਲੌਕ ਕਿਉਂ ਕਰਨਾ ਕਿਉਂਕਿ ਆਸਟਰੀਆ ਦੇ ਕੋਲੋਂ 10 ਮਿਲੀਅਨ ਡੋਜ਼ ਲੈ ਕੇ ਜਿਹੜੇ ਗਰੀਬ ਆਪਾਂ ਗੈਰਸਾਧੇ ਗਰੀਬ ਦੇਸ਼ ਆ ਉਹਨਾਂ ਨੂੰ 10 ਮਿਲੀਅਨ ਡੋਜ਼ਾਂ ਦੇਣੀਆਂ ਨੇ ਆਸਟ੍ਰੇਆ ਕਹਿੰਦਾ ਜੇ ਮੇਰੀਆਂ ਜਿਹੜੀਆਂ ਡੋਜ਼ਾਂ ਮੇਰੇ ਕੋਲ ਲਈਆਂ ਗਈਆਂ ਜੇਕਰ ਮੇਰੇ ਤੱਕ ਨਾ ਪਹੁੰਚੀਆਂ ਜੋ ਜੂਨ ਦੇ ਵਿੱਚ ਲੈਣੀਆਂ April ਤੋਂ ਲੈ ਕੇ ਜੂਨ ਦੇ ਵਿੱਚ ਮਿਲਣੀਆਂ ਇਹਨਾਂ ਨੂੰ ਤੇ ਕਹਿੰਦੇ ਜਿਹੜਾ ਫਿਰ ਤੁਹਾਨੂੰ 9ਵੇਂ ਮਹੀਨੇ ਤੱਕ ਵੈਕਸੀਨ ਪਹੁੰਚਣੀ ਹੈ ਨਾ 100 ਮਿਲੀਅਨ ਤੇ 100 ਦਾ 100 ਮਿਲੀਅਨ ਜਿਹੜਾ ਵੈਕਸੀਨ ਆ ਮੈਂ ਰੋਗ ਦਾਣੀ ਫਿਰ ਮੈਨੂੰ ਨਾ ਕਿਹਾ ਕਿ ਮੈਂ ਕੀ ਕਰਤਾ ਸਪੇਨ ਦਾ ਅਗਲਾ ਅਪਡੇਟ ਆ ਰਿਹਾ ਜੀ ਸਪੇਨ ਤੋਂ ਅਗਲਾ ਅਪਡੇਟ ਕਿਹੜਾ ਹੈ ਜੀ ਸਪੇਨ ਨੇ ਇੱਕ ਨਵਾਂ ਕਾਨੂੰਨ ਬਣਾਇਆ ਅੱਜ ਤੋਂ ਉਹਨਾਂ ਦੇ ਗਜ਼ੈਟਾ ਉਫੀਚਾਲੇ ਦੇ ਵਿੱਚ ਜਿਹਦਾ ਨਾਮ ਬੋਈ ਆ ਬੋਈ ਆ ਉਹਦੇ ਵਿੱਚ ਆ ਗਿਆ ਉਹ ਕਹਿ ਰਹੇ ਨੇ ਕਿ ਜਿੱਦਾਂ ਇਟਲੀ ਦੇ ਵਿੱਚ ਹਰ ਜਗ੍ਹਾ ਚਾਹੇ ਪਬਲਿਕ ਪੁਲਿਸ ਆ ਪ੍ਰਾਈਵੇਟ ਪੁਲਿਸ ਆ ਮਾਸਕ ਪਾਉਣ ਦੀ ਲੋੜ ਆ ਹੁਣ ਸਪੇਨ ਦੇ ਵਿੱਚ ਬਿਨਾ ਮਾਸਕ ਤੋਂ ਕੋਈ ਵੀ ਘੁੰਮ ਨਹੀਂ ਸਕਦਾ ਜੇਕਰ ਕੋਈ ਵੀ ਘੁੰਮਦਾ ਦਿਸਿਆ ਗਿਆ ਤਾਂ ਉਹਨੂੰ ਜੁਰਮਾਨੇ ਦਿੱਤੇ ਜਾਣਗੇ ਪਹਿਲਾਂ ਇਹ ਸੀ ਜੇਕਰ 2 ਮੀਟਰ ਦੀ ਦੂਰੀ ਰੱਖਦੇ ਆਂ 1.5 ਮੀਟਰ ਦੀ ਦੂਰੀ ਦੂਰੀ ਰੱਖੀ ਜਾਂਦੀ ਆ ਤਾਂ ਫਿਰ ਮਾਸਕ ਪਾਣ ਦੀ ਲੋੜ ਨਹੀਂ ਪਰ ਉੱਥੇ ਜਿਹੜੀ ਗਿਣਤੀ ਲਗਾਤਾਰ ਵਾਧੀ ਦੇਖਦੇ ਹੋਏ ਉਹਨਾਂ ਨੇ ਵੀ ਇਟਲੀ ਦਾ ਮਾਡਲ ਹੀ ਸ਼ੇਗਵੀਰੇ ਕੀਤਾ ਇਟਲੀ ਦਾ ਮਾਡਲ ਉਹ ਜਿਹੜਾ ਮਾਡਲ ਫਾਲੋ ਕੀਤਾ ਤੇ ਇਹ ਕਿਹਾ ਕਿ ਹਰ ਇੱਕ ਬੰਦਾ ਹੁਣ ਮਾਸਕ ਪਾਵੇ ਨਹੀਂ ਤਾਂ ਪ੍ਰੋਬਲਮ ਪੈ ਸਕਦੀ ਹੈ ਅਗਲਾ ਅਪਡੇਟ ਆ ਰਿਹਾ ਜੀ ਇਸ ਸੀਨਾ ਦੇ ਵਿੱਚ ਪਿਛਲੇ ਵਾਰ ਪਿਛਲੇ ਜਿਹੜਾ ਅਸੀਂ ਪਿਛਲੇ ਅਗਸਤ ਲੰਘ ਕੇ ਗਏ ਉਹਦੇ ਵਿੱਚ ਇੱਕ ਘਰ ਦੇ ਵਿੱਚ ਇਕ ਔਰਤ ਦੇ ਉੱਤੇ ਕੇਸ ਦਰ ਲੱਗਾ ਸੀ ਕਿ ਉਹਨੇ ਆਪਣੇ ਪਤੀ ਅਤੇ ਆਪਣੇ ਜਿਹੜੇ ਬੱਚਾ ਦੋਹਾਂ ਦੇ ਕਤਲ ਕੀਤਾ ਸੀ ਤਾਂ ਉਸ ਤੋਂ ਬਾਅਦ ਇੱਕ ਸਪਰਟ ਨੇ ਇੱਕ ਇਨਕੁਆਇਰੀ ਕੀਤੀ ਹੈ ਉਸ ਤੋਂ ਬਾਅਦ ਇਹ ਗੱਲ ਕਲੀਅਰ ਕਰ ਦਿੱਤੀ ਅੱਜ ਜੱਜਾਂ ਦੇ ਮੋਰ ਦੇ ਕਹਿੰਦੇ ਕਿ ਉਸ ਔਰਤ ਨੇ ਨਾ ਹੀ ਆਪਣਾ ਪਤੀ ਤੇ ਨਾ ਹੀ ਉਸ ਬੱਚੇ ਦਾ ਕਤਲ ਕੀਤਾ ਸੀ ਜਿਹੜਾ ਬੰਦਾ ਕਤਲ ਕਰਕੇ ਗਿਆ ਸੀ ਉਹਨੇ ਐਨੇ ਸਫਾਈ ਦੇ ਨਾਲ ਕਤਲ ਕੀਤਾ ਕਿ ਹਰ ਇੱਕ ਜਿਹੜਾ ਪ੍ਰੂਫ ਆ ਉਸ ਔਰਤ ਦੇ ਖਿਲਾਫ ਦੇ ਰਹੇ ਪਰ ਐਕਸਪਰਟ ਨੇ ਆਕਰ ਉਹ ਲੱਭ ਲਈਆਂ ਨੇ ਵਿੱਚ ਫਿਰ ਵੀ ਕੁਝ ਕਮੀਆਂ ਸੀ ਜਿਹੜੀਆਂ ਉਸ ਕਿਸ ਦੇ ਵਿੱਚੋਂ ਹੀ ਜਿਹਦੇ ਨਾਲ ਇਹ ਸਾਬਤ ਹੋ ਗਿਆ ਕਿ ਉਹ ਵੀ ਬਿਆਨ ਆ ਉਹਨਾਂ ਦਾ ਕਾਤਲ ਨਹੀਂ ਹੈ ਜੀ ਨਾਰਾ ਦੇ ਵਿੱਚ ਵਾਪਰੀ ਇੱਕ ਹੋਰ ਅਨੋਖੀ ਘਟਨਾ ਜਿੱਥੇ ਇੱਕ ਪੁੱਤ ਨੇ ਆਪਣੀ ਮਾਂ ਨੂੰ ਸਿਰ ਮਾਰ ਦਿੱਤਾ ਜਿੱਦਾਂ ਇੱਕ ਸਰਾਣੇ ਦੇ ਨਾਲ ਸਾਹ ਖਸਰਾਣਾ ਮੂੰਹ ਤੇ ਰੱਖ ਕੇ ਉਹਦਾ ਸਾਹ ਘੁੱਟਣ ਦੇ ਨਾਲ ਉਹਦੀ ਮਾਂ ਦੀ ਮੌਤ ਹੋਈ ਆ ਤੇ ਉਸ ਦਾ ਜਿਹੜਾ ਇਨਕੁਆਇਰੀ ਚੱਲੀ ਤੇ ਉਹਦੇ ਮੁੰਡੇ ਨੂੰ ਗ੍ਰਫਤਾਰ ਕਰ ਲਿਆ ਗ੍ਰਫਤਾਰ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਪਾਗਲਾਂ ਦੇ ਹਸਪੀਟਲ ਜਿਹੜਾ ਮੈਂਟਲ ਹਸਪੀਟਲ ਉਹਦੇ ਵਿੱਚ ਐਡਮਿਟ ਕੀਤਾ ਗਿਆ ਕਿਉਂਕਿ ਇਸ ਟਾਈਮ ਜਿਹੜੇ ਦੇਖਿਆ ਜਾ ਰਿਹਾ ਹੈ ਕਹਿ ਰਹੇ ਨੇ ਕਿ ਉਸ ਮੁੰਡੇ ਦੀ ਜਿਹੜੀ ਦਿਮਾਗੀ ਹਾਲਤ ਆ ਦਿਮਾਗੀ ਸੰਤੁਲਨ ਬਿਲਕੁਲ ਠੀਕ ਨਹੀਂ ਹੈਗਾ ਜਿਸ ਕਾਰਨ ਉਹਨੂੰ ਜੇਲ੍ਹ ਵਿੱਚ ਨਹੀਂ ਰੱਖਿਆ ਜਾ ਸਕਦਾ ਪਰ ਹਾਂਜੀ ਉਹਨੂੰ ਬਹੁਤ ਛੇਤੀ ਜਦੋਂ ਉਹਦੀ ਸਿਹਤ ਠੀਕ ਹੋਊਗੀ ਤਾਂ ਫਿਰ ਜ਼ਰੂਰ ਉਹਨੂੰ ਜੇਲ੍ਹ 'ਚ ਲੈ ਕੇ ਜਾ ਜਾ ਸਕੂਗਾ ਅਗਲੇ ਅਪਡੇਟ ਵੱਲ ਚਲਦੇ ਜੇ ਅਗਲਾ ਅਪਡੇਟ ਪੂਲਿਆ ਤੋਂ ਆ ਰਿਹਾ ਪੂਲਿਆ ਦੇ ਵਿੱਚ ਕੀ ਹੋਇਆ ਕੋਵਿਡ ਦੇ ਕਾਰਨ ਬਹੁਤ ਲੋਕਾਂ ਦੇ ਘਰਾਂ ਆਪਣਾ ਕੰਮ ਛੁੱਟ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਪੇ ਖਾਣਾ ਪੀਣਾ ਕਿੱਦਾਂ ਜੀ ਚੋਰੀ ਕਰਨਾ ਡਕੀਤੀਆਂ ਮਾਰਨਾ ਕਿਸੇ ਕਿਸੇ ਦੇ ਮਨ 'ਚ ਇਹ ਵੀ ਗੱਲ ਆ ਜਾਂਦੀ ਹੈ ਪਰ ਚੋਰੀ ਡਕੀਤੀ ਮਾਰਨ ਲਈ ਵੀ ਜਿਗਰਾ ਚਾਹੀਦਾ ਕਿਉਂਕਿ ਮੋਰੇ ਵੀ ਛੇਰਾਂ ਨੂੰ ਛੇ ਟੱਕਰ ਸਕਦੇ ਇਸ ਕਰਕੇ ਇੱਕ ਨਵੀਂ ਸਕੀਮ ਕੱਢੀ ਨਵੀਂ ਸਕੀਮ ਕਿਹੜੀ ਕੱਢੀ ਜੀ ਜਿਹੜੇ ਆਪਣੇ ਪੈਟਰੋਲ ਪੰਪ ਹੁੰਦੇ ਆ ਕੋਈ ਤਾਂ ਹੁੰਦਾ ਨਹੀਂ ਸੈਲਫ ਤੇ ਲੱਗੇ ਪੈਟਰੋਲ ਪੰਪਾਂ ਦੇ ਜਾ ਕੇ ਕਰਦੇ ਹੀ ਪੈਟਰੋਲਾਂ ਦੀ ਚੋਰੀ ਪੈਟਰੋਲ ਚੋਰੀ ਕਰਦੇ ਤਿੰਨ ਬੰਦੇ ਫੜੇ ਗਏ ਤੇ ਜਦੋਂ ਉਹਨੂੰ ਪੁੱਛਿਆ ਵੀ ਤੁਸੀਂ ਕਿਉਂ ਪੈਟਰੋਲ ਚੋਰੀ ਕਰਦੇ ਉਹ ਕਹਿੰਦੇ ਅਸੀਂ ਪੈਟਰੋਲ ਚੋਰੀ ਕਰਦੇ ਹੀ ਉਹਨਾਂ ਦੇ ਕੋਲ ਕੋਈ ਕੁੰਡੀ ਲੱਗੇ ਹੀ ਕੋਈ ਗੱਦੜ ਸਿੰਘ ਹੀ ਹੱਥ 'ਚ ਲੱਗੇ ਜਿਸ ਨਾਲ ਉਹ ਪੈਟਰੋਲ ਕੱਢ ਲੈਂਦੇ ਤਕਰੀਬਨ 850 ਰੋਡਾ ਪੈਟਰੋਲ ਉਹਨਾਂ ਨੇ ਚੋਰੀ ਕੀਤਾ ਕੁੰਡੀ ਲਾ ਕੇ ਉਹ ਕਹਿੰਦਾ ਹਰ ਰੋਜ਼ 100 150 ਦਾ ਹੀ ਪੈਟਰੋਲ ਚੋਰੀ ਕਰ ਲੀਦਾ ਹੀ ਤੇ ਜਿਹੜਾ ਸੀਸੀਟੀਵੀ ਫੂਟੇਜ ਆ ਉਹਦੇ ਵਿੱਚ ਭਾਰੋ ਫੜ ਹੋ ਗਿਆ ਕਿਉਂਕਿ ਚੋਰ ਦੇ ਜਿਹੜੇ ਪੈਰ ਜਿਆਦਾ ਲੰਬੇ ਨਹੀਂ ਹੁੰਦੇ ਇਸ ਕਰਕੇ ਜਿਆਦਾ ਦੂਰ ਨਹੀਂ ਦੌੜਿਆ ਤੇ ਉਹਨਾਂ ਨੂੰ ਫੜ ਲਿਆ ਰੰਗੇ ਹੱਤੀ ਤੇ ਪੁੱਛਣ ਤੇ ਗੁਆਰੀ ਕਰਨ ਤੇ ਗੱਲ ਇਹ ਸਾਹਮਣੇ ਆਈ ਇਹ ਕਹਿ ਰਹੇ ਨੇ ਕਿ ਕੋਵਿਡ ਦੇ ਕਾਰਨ ਸਾਡਾ ਜਿਹੜਾ ਕੰਮ ਦਾ ਹਾਲ ਬਹੁਤ ਮੰਦਾ ਹੋ ਗਿਆ ਸਾਡੇ ਕੋਲ ਰੋਟੀ ਖਾਣ ਦੇ ਲਈ ਪੈਸੇ ਹੈ ਨਹੀਂ ਸੀ ਇਸ ਕਰਕੇ ਮਜਬੂਰਨ ਸਾਨੂੰ ਇਹ ਜਿਹੜਾ ਕਦਮ ਚੱਕਣਾ ਪਿਆ ਸੀ ਆਪ ਇਹ ਕਦਮ ਚੱਕਣਾ ਨਹੀਂ ਚਾਹਦੇ ਸੀ ਇਹ ਜੜੀਆਂ ਖਬਰਾਂ ਸੁਣ ਕੇ ਸਰਕਾਰ ਨੂੰ ਕੁਝ ਨਾ ਕੁਝ ਫੈਸਲਾ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਇਹ ਤਿੰਨ ਮਜਬੂਰ ਹੋਏ ਨੇ ਚੋਰੀਆਂ ਕਰਨ ਤੇ ਹੋਰ ਵੀ ਕੋਈ ਬੰਦਾ ਇਸ ਤਰ੍ਹਾਂ ਚੋਰੀਆਂ ਕਰਨ ਤੇ ਮਜਬੂਰ ਹੋ ਸਕਦਾ ਜੀ ਗੱਲ ਕਰਦੇ ਆ ਜੀ ਇਟਲੀ ਦੇ ਵਿੱਚ ਕਿਹੜੇ ਬੋਨਸ ਤੁਹਾਨੂੰ ਤੁਸੀਂ ਲੈ ਸਕਦੇ ਹੋ ਤੁਹਾਨੂੰ ਮਿਲ ਸਕਦੇ ਪਰ ਉਹਨਾਂ ਬੋਨਸਾਂ ਦੇ ਲਈ ਤੁਹਾਨੂੰ ਕਦੇ ਵੀ ਈਜ਼ੀ ਨਹੀਂ ਪੁੱਛੀ ਜਾਣੀ ਇਹ ਉਹ ਬੋਨਸ ਨੇ ਜਿਨ੍ਹਾਂ ਦੇ ਵਿੱਚ ਕੁਝ ਤਾਂ ਤੁਹਾਨੂੰ ਪਤਾ ਹੈ ਕੁਝ ਲਈ ਤੁਹਾਨੂੰ ਸ਼ਾਇਦ ਥੋੜਾ ਜਿਹਾ ਸ਼ੱਕ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਜਿਹੜਾ ਬੋਨਸ ਹੈ ਜੀ ਬੋਨਸ ਕੈਸ਼ਬੈਕ ਵਾਲਾ ਜਿਹੜਾ ਤੁਹਾਨੂੰ 150 150 ਯਰੋ ਤੱਕ ਮਿਲ ਸਕਦਾ ਹਰ ਸੀ ਮਹੀਨੇ ਗੱਲ ਕੀਤੀ ਜਾ ਰਹੀ ਹੈ ਕਿ ਸ਼ਾਇਦ 2022 ਦੇ ਵਿੱਚ 6 ਮਹੀਨਿਆਂ 'ਚ ਇਹ 300 ਯਰੋ ਦਾ ਵੀ ਹੋ ਹੋ ਸਕਦਾ 10% 1500 ਯਰੋ ਦਾ ਵੀ ਸਮਝ ਲਵਾਂਗੇ ਤਾਂ ਤੁਹਾਨੂੰ ਜਿਹੜਾ 10% 6 ਮਹੀਨੇ ਬਾਅਦ ਮਿਲ ਜਾਣਾ ਕਿ ਤੁਹਾਨੂੰ 150 € ਮਿਲ ਜਾਣਾ ਇੱਕ ਸਮਝੋ ਥੋੜੀ ਜਿਹੀ 150 € ਬਚਾਇਆ ਉਸ ਤੋਂ ਬਾਅਦ ਹੋਰ ਵੀ ਬਹੁਤ ਨੇ ਉਹ ਆ ਜੀ ਬੋਨਸ ਮਾਮਾ ਦੁਮਾਨੀ ਬੋਨਸ ਮਾਮਾ ਦੁਮਾਨੀ ਕੀ ਹੈ ਜੀ ਬੋਨਸ ਮਾਮਾ ਦੁਮਾਨੀ ਇਹਦੇ ਬਾਰੇ ਬਹੁਤ ਆਪਣੇ ਵੀਰ ਪੁੱਛਦੇ ਨੇ ਤੇ ਉਹ ਇਹ ਉਹ ਸਰਕਾਰ ਵੱਲੋਂ ਦਿੱਤੀ ਗਈ ਹੈਲਪ ਆ ਜਿਹਦੇ ਵਿੱਚ ਈਜ਼ੇ ਨਹੀਂ ਖਰੀਦ ਮੰਨੀ ਜਾਂਦੀ ਤੁਹਾਡੀ ਈਜ਼ੇ ਜਿੰਨੀ ਮਰਜ਼ੀ ਹੋ ਸਕਦੀ ਆ 800 € ਸਰਕਾਰ ਦਿੰਦੀ ਆ ਹਰ ਬੱਚਾ ਜੇ ਕਿਸੇ ਦੇ ਬੱਚਾ ਪੈਦਾ ਹੁੰਦਾ ਇਟਲੀ ਦੇ ਵਿੱਚ ਪਾਗਾ ਵਾਲੇ ਹੁੰਦੇ ਤੇ ਉਹਨਾਂ ਨੂੰ 800 ਯਰੋ ਮਿਲਦਾ 800 ਯਰੋ ਜਿਹੜਾ ਦਿੰਦੇ ਆ ਤੇ ਉਹਦੇ ਵਿੱਚ ਈਜ਼ੇ ਦਾ ਕੋਈ ਚੱਕਰ ਨਹੀਂ ਹੈਗਾ ਇਹ 800 ਯਰੋ ਤੁਸੀਂ 7ਵੇਂ ਮਹੀਨੇ ਦੇ ਵਿੱਚ ਹੀ ਸਰਕਾਰ ਤੋਂ ਮੰਗ ਸਕਦੇ ਹੋ 7ਵੇਂ ਮਹੀਨਾ ਜੋ ਪ੍ਰੈਗਨੈਂਸੀ ਦਾ ਹੁੰਦਾ ਉਹਦੇ ਵਿੱਚ ਦਮੰਦਾ ਕੀਤਾ ਜਾ ਸਕਦਾ ਉਸ ਤੋਂ ਬਾਅਦ ਅਗਲਾ ਹੈ ਜੀ ਬੋਨਸ ਬੇਬੇ ਬੋਨਸ ਬੇਬੇ ਦੇ ਵਿੱਚ 80 ਯਰੋ ਮਹੀਨੇ ਮਿਲਦੇ ਆ ਇਹ ਵੀ ਪ੍ਰੀਮੀਅਮ ਵਾਲਾ ਨਾਸ਼ੀਤਾ ਹੁੰਦਾ ਸਰਕਾਰ ਦੇ ਦਿੰਦੀ ਹੈ ਬੱਚੇ ਨੂੰ ਜਨਮ ਦੇਣ ਤੇ 80 ਯਰੋ ਮਹੀਨੇ ਦੇ ਮਿਲਦੇ ਆ ਇਹਦੇ ਵਿੱਚ ਈਜ਼ੇ ਦੇਖੀ ਜਾਂਦੀ ਹੈ ਜੇਕਰ ਈਜ਼ੇ 40000 ਤੋਂ ਉੱਤੇ ਹੋਵੇ ਤੇ ਉਹਦੇ ਵਿੱਚ ਦੇਖਿਆ ਜਾਂਦਾ ਫਿਰ ਰੇਟ ਥੋੜਾ ਜਿਹਾ 80 ਤੋਂ ਘਟਦਾ ਨਹੀਂ ਤਾਂ ਇਹ ਪੈਸੇ ਮਿਲਦੇ ਆ ਬਹੁਤ ਬੜਾ ਤੁਹਾਨੂੰ ਦੱਸਦੇ ਕਹਿੰਦੇ ਵੀਰ ਜੀ ਅਸੀਂ ਬੋਨਸ ਬੇਬੇ ਦਾ ਦਮੰਦਾ ਕੀਤਾ ਤੁਹਾਨੂੰ ਕਹਿੰਦੇ ਕਿ ਸਾਡੇ ਕੋਲ ਘਾਰ ਤਾਂ ਸਜੋਹਰ ਨਹੀਂ ਹੋਣੀ ਚਾਹੀਦੀ ਨਹੀਂ ਸਰਾਸਰ ਗਲਤ ਉਹ ਨਾਰਮਲ ਸਜੋਹਰ ਨਾਲ ਵੀ ਤੁਸੀਂ ਦਮੰਦਾ ਕਰ ਸਕਦੇ ਆ ਜੇਕਰ ਤੁਹਾਡੇ ਕੋਲ ਨਾਰਮਲ ਸਜੋਹਰ ਨੂੰ ਹੈਗੀ ਹੈ ਤੇ ਈਜ਼ੇ ਤੁਹਾਡੀ 7000 ਤੋਂ ਲੈ ਕੇ 40000 ਦੇ ਵਿੱਚ ਆ ਤੁਹਾਨੂੰ 120 ਹਰੋ ਮਹੀਨੇ ਤੱਕ ਮਿਲ ਸਕਦੇ ਆ ਜੇਕਰ ਇਜ਼ੇ ਤੁਹਾਡੀ 7000 ਤੋਂ ਘਾਟਾ ਤਾਂ ਫਿਰ ਤੁਹਾਨੂੰ 160 ਏਰੋ ਤੱਕ ਸਰਕਾਰ ਦੇ ਸਕਦੀ ਹੈ ਜੀ ਉਸ ਤੋਂ ਬਾਅਦ ਆਂਦੀ ਹੈ ਜੀ ਅ ਸੇਗਨੋ ਉਨੀਕੋ ਫਾਮਿਲੀਆਰੇ ਕੀ ਹੈ ਇਹ ਅ ਸੇਗਨੋ ਉਨੀਕੋ ਫਾਮਿਲੀਆਰੇ ਇਹ ਹੈ ਜੀ 250 ਏਰੋ ਦਾ ਸਰਕਾਰ ਨੇ ਦੇਣਾ ਹਰ ਇੱਕ ਬੱਚੇ ਲਈ ਮਹੀਨੇ ਦਾ ਦੇਣਾ 250 ਏਰੋ ਹਰ ਇੱਕ ਬੱਚੇ ਦਾ ਜੇਕਰ ਤੁਹਾਡੇ ਘਰ ਦੇ ਵਿੱਚ 21 ਸਾਲ ਤੱਕ ਕੋਈ ਬੱਚਾ ਆ ਜਿਹਦੀ ਉਮਰ 21 ਸਾਲ ਤੱਕ ਆ ਮੁੰਡਾ ਤੁਹਾਡੇ ਜਵਾਨ 21 ਸਾਲ ਤੱਕ ਹੋ ਗਿਆ ਤਾਂ ਤੁਹਾਨੂੰ ਸਰਕਾਰ ਫਿਰ ਵੀ ਮਹੀਨੇ ਦਾ 250 ਏਰੋ ਦਉਗੀ ਉਸ ਤੋਂ ਬਾਅਦ ਇੱਕ ਇਹਦੇ ਲਈ ਵੀ ਕੋਈ ਈਜ਼ੇ ਦੀ ਲੋੜ ਨਹੀਂ ਹੈਗੀ ਇਸ ਤੋਂ ਬਾਅਦ ਬੋਨਸ ਅਜ਼ੀਲੋ ਨਹੀਂ ਦੋ ਬੋਨਸ ਅਜ਼ੀਲੋ ਨਹੀਂ ਦੋ ਕਿ ਇਹਨੂੰ ਬਹੁਤ ਤਰੀਕੇ ਦੇ ਬੋਨਸ ਨਤਾਲੇ ਨਾਂ ਵੀ ਕਿਹਾ ਜਾਂਦਾ ਬਹੁਤ ਨਾਮ ਇਹਦੇ ਵੱਖਰੇ ਵੱਖਰੇ ਆ ਇਹ ਹੈਗੇ ਜੀ ਕਿ ਤੁਹਾਡਾ ਜਿਹੜਾ ਬੱਚਾ ਆ ਉਹਦੀ ਉਮਰ 3 ਸਾਲ ਤੋਂ ਘੱਟ ਹੋ ਤੇ ਤੁਸੀਂ ਉਹਨੂੰ ਨੀਦੋ ਦੇ ਵਿੱਚ ਭੇਜਿਆ ਜਾਂਦਾ ਨਰਸ ਦੇ ਵਿੱਚ ਭੇਜਿਆ ਜਿੱਥੇ ਸਕੂਲ ਦੇ ਵਿੱਚ ਉਹ ਸਾਮਦੇ ਆ ਉਹਦੇ ਲਈ ਸਰਕਾਰ ਤੁਹਾਨੂੰ ਪੈਸੇ ਦਿੰਦੀ ਆ ਬੋਨਸ ਇਹ ਜਿੰਨਾ ਚਿਰ ਬੱਚਾ 3 ਸਾਲ ਦਾ ਨਹੀਂ ਹੁੰਦਾ ਉਨਾ ਟਾਈਮ ਸਰਕਾਰ ਦਿੰਦੀ ਹੈ तकरीबन ਆਈਡੀਆ ਹੈ ਕਿ ਅਜ਼ੀਲੋ ਨੀਦੋ ਦੇ ਨਾ ਤੁਸੀਂ ਵੱਧ ਤੋਂ ਵੱਧ 1500 ਯਰੋ ਲੈ ਸਕਦੇ ਹੋ ਬੱਚਾ ਤੁਹਾਡਾ ਅਜ਼ੀਲੋ ਨੀਦੋ ਜਾ ਰਿਹਾ ਫ੍ਰੀ ਦੇ ਵਿੱਚ ਉਹ ਤੁਹਾਨੂੰ ਪੈਸੇ ਦੇ ਸਕਦਾ ਜੇਕਰ ਜਿਹੜੀ ਈਜ਼ੇ ਆ ਇਹ 25 ਤੋਂ 40000 ਯਰੋ ਤੱਕ ਹੋਵੇ ਕਹਿਣ ਦਾ ਮਤਲਬ ਇੰਨੀ ਈਜ਼ੇ ਆ ਤਾਂ ਫਿਰ 40000 ਤੋਂ ਘੱਟ ਹੋਵੇ ਤਾਂ 2500 ਯਰੋ ਤੱਕ ਮਿਲ ਸਕਦੇ ਆ ਤੇ ਜੇ ਜਿਹੜੀ ਈਜ਼ੇ 25000 ਤੋਂ ਘੱਟ ਹੋਵੇ ਤਾਂ 3000 ਯਰੋ ਮਿਲ ਸਕਦਾ ਬੋਨਸ ਅਜ਼ੀਰੋ ਨੀਦੋਨਾ ਇਹ ਆ ਜੀ ਉਹ ਜਿਹੜੇ ਬੋਨਸ ਜਿੰਨਾ ਦੇ ਨਾਲ ਈਜ਼ੇ ਹੋਈ ਨਾ ਹੋਈ ਇੱਕ ਬਰਾਬਰ ਆ ਈਜ਼ੇ ਕਿੱਦਾਂ ਬਣਾਣੀ ਆ ਸੈੱਟੇ ਤਰੀਂ ਤਾਂ ਕਿੱਦਾਂ ਕਰਨੀ ਆ ਨੰਬਰ ਆ 393 280 288 ਮੰਦੀਪ ਭਾਜੀ ਇਹਨਾਂ ਨਾਲ ਕੰਟੈਕਟ ਕਰੋ ਹਰ ਕੰਮ ਆਨਲਾਈਨ ਸੇਵਾ ਹੋ ਸਕਦੀ ਆ ਜੀ ਦੁਆਰੇ ਜੀ ਅਗਲਾ ਅਪਡੇਟ ਪੋਟੈਂਸਾ ਦੇ ਵਿੱਚ 108 ਸਾਲ ਦੀ ਉਮਰ ਆ ਜੇ ਦੀ ਵੀ ਉਮਰ 100 ਤੋਂ ਉੱਤੇ ਹੋ ਜਾਂਦੀ 109 ਨੂੰ ਨਾਟਾਲੀਨੋ ਕਹਿ ਦਿੰਦੇ ਨੋਨਾ ਨਾਟਾਲੀਨਾ ਕਿਹਾ ਜਾ ਰਿਹਾ ਉਹ ਵੈਕਸੀਨ ਆ 118 ਸਾਲ ਦੀ ਉਮਰ ਨੂੰ ਵੀ ਵੈਕਸੀਨ ਲੱਗਣੀ ਆ 100 ਸੌਰੀ 108 ਸਾਲ ਦੀ ਟੈਸਟ ਗੁੱਡ ਨਿਊਜ਼ ਰੱਖ ਲਓ ਤੁਸੀਂ ਗੁੱਡ ਨਿਊਜ਼ ਕਿਉਂ ਇੱਕ ਨਵਾਂ ਟੈਸਟ ਜਾਰੀ ਕੀਤਾ ਗਿਆ ਕਿ ਇੱਕ ਨਵੀਂ ਲੈਬਾਰਟਰੀ ਦਾ ਟੈਸਟ ਕੱਢਿਆ ਉਹ ਟੈਸਟ ਇਦਾਂ ਦੇ ਜਿਹੜੇ ਨਵੇਂ ਵਾਇਰਸ ਘੁੰਮ ਰਹੇ ਆ ਉਹਨਾਂ ਨੂੰ ਵੀ ਕਾਬੂ ਕਰ ਲੈਂਦਾ ਜੀ ਬਹੁਤ ਸਾਰੇ ਵਾਇਰਸ ਇਦਾਂ ਦੇ ਇਟਲੀ ਦੇ ਵਿੱਚ ਘੁੰਮ ਰਹੇ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਦਾ ਬੰਦੇ ਦਾ ਟੈਸਟ ਕਰਾਓ ਨੈਗੇਟਿਵ ਹੁੰਦਾ ਪਰ ਉਹ ਪੋਜ਼ੀਟਿਵ ਹੁੰਦਾ ਤੇ ਲੋਕਾਂ ਨੂੰ ਉਹ ਰੰਗਦਾ ਰਹਿੰਦਾ ਨਵੀਂ ਕਿਟ ਤਿਆਰ ਕੀਤੀ ਗਈ ਹੈ ਕਹਿਣ ਦਾ ਮਤਲਬ ਉਹਦੇ ਨਾਲ ਹਰ ਇੱਕ ਤਰ੍ਹਾਂ ਦਾ ਵਾਇਰਸ ਫੜਿਆ ਜਾਂਦਾ ਕਹਿਣ ਦਾ ਮਤਲਬ ਕੀ ਹੈ ਜੀ ਕਹਿਣ ਦਾ ਮਤਲਬ ਇਹ ਹੈ ਜੀ ਕਿ ਹੁਣ ਜਿਹੜੇ ਬੰਦੇ ਪਹਿਲਾਂ ਪੋਜ਼ਿਟਿਵ ਨਹੀਂ ਸ਼ੋ ਹੋ ਰਹੇ ਸੀ 네ਗੇਟਿਵ ਸ਼ੋ ਹੋ ਰਹੇ ਸੀ ਉਹ ਵੀ ਪੋਜ਼ਿਟਿਵ ਹੋ ਸਕਦੇ ਆ ਸਿਚੀਲੀਆ ਦੇ ਵਿੱਚ ਬਹੁਤ ਵੱਡਾ ਫਰਾਡ ਹੋਇਆ ਫਰਾਡ ਕਿਹੜਾ ਸੀ ਆਉਣ ਵਾਲੀਆਂ ਖਬਰਾਂ ਦੇ ਵਿੱਚ ਸੁਣਦੇ ਰਹੋ ਕੋਵਿਡ ਦੇ ਉੱਤੇ ਗਿਣਤੀਆਂ ਦੇ ਨਾਲ ਛੇੜਛਾੜ ਕੀਤੀ ਗਈ ਹੈ ਇਹ ਵੀ ਅਸੀਂ ਤੁਹਾਨੂੰ ਮੋੜ ਲਈਆਂ ਜਿਹੜੀਆਂ ਹੁਣ ਥੋੜਾ ਜਿਹਾ ਟਾਈਮ ਤੱਕ ਖਬਰਾਂ ਨਹੀਂ ਉਹਦੇ ਵਿੱਚ ਦੱਸ ਦਿਆਂ ਜੀ ਸਿਚੀਲੀਆ ਦੇ ਵਿੱਚ ਹੋਰ ਜੜੀਆਂ ਹੋਰ ਜੜੀਆਂ ਪਿੰਡ ਨੇ ਹੋਰ ਜਿਹੜੇ ਸ਼ਹਿਰ ਨੇ ਉਹ ਚੱਲ ਗਏ ਨੇ ਰੈੱਡ ਜ਼ੋਨ ਦੇ ਵਿੱਚ ਰੈੱਡ ਜ਼ੋਨ ਦੇ ਵਿੱਚ ਕਿਹੜੇ ਪਿੰਡ ਗਏ ਨੇ ਤੁਹਾਨੂੰ ਦੱਸਣਾ ਚਾਹੁੰਦੇ ਆਂ ਜੀ ਬੈਂਤੀ ਮਿਲਿਆ ਦੀ ਸਿਚੀਲੀਆ ਰੈੱਡ ਜ਼ੋਨ ਦੇ ਵਿੱਚ ਲੱਗਾ ਜੋ ਕਿ ਪਲਾਇਰਮੋ ਦਾ ਪ੍ਰਵਿੰਚਾ ਦੇ ਵਿੱਚ ਪੈਂਦਾ ਉਸ ਤੋਂ ਬਾਅਦ ਪੋਰਟੋ ਐਮਪੀ ਐਮਪੀ ਦੋਕਲੇ ਐਮਪੀ ਦੋਕਲੇ ਪੋਰਟੋ ਐਮਪੀ ਦੋਕਲੇ ਤੇ ਜੋ ਕਿ ਅਗਰਿਜੈਂਟੋ ਦੇ ਵਿੱਚ ਪੈਂਦਾ ਇਹ ਵੀ ਰੈੱਡ ਜ਼ੋਨ ਦੇ ਵਿੱਚ ਲੱਗਾ ਗਿਆ ਰੈੱਡ ਜ਼ੋਨ ਦੇ ਵਿੱਚ ਲਗਾਤਾਰ ਸਿਚੀਲੀਆ ਦੇ ਵਿੱਚ ਜਾ ਰਹੇ ਨੇ ਪਰ ਉੱਥੇ ਫਰਾਡ ਵੀ ਬਹੁਤ ਤਕੜਾ ਹੋਇਆ ਜਿਸ ਸਾਹਮਣੇ ਦੱਸਿਆ ਦੋ ਥੋੜਾ ਜਿਹਾ ਅੱਗੇ ਜਾ ਕੇ ਤੁਹਾਨੂੰ ਦੱਸ ਦਿਆਂ ਜੀ ਉਸ ਤੋਂ ਬਾਅਦ ਬਾਰੀ ਦੇ ਵਿੱਚ ਇੱਕ ਹੋਰ ਨਾਮ ਫੋਕੋ ਲਾਈ ਫੋਕੋ ਲਾਈਓ ਕੀ ਹੁੰਦਾ ਫੋਕੋ ਲਾਈਓ ਹੁੰਦਾ ਜਿਸ ਜਗ੍ਹਾ ਤੇ ਕਾਫੀ 2 4 5 10 ਬੰਦੇ ਪੋਜ਼ੀਟਿਵ ਹੋ ਜਣੋਂ ਇੱਕ ਇੱਕ ਕਿਸਮ ਨਾ ਫੋਕੋ ਲਾਈ ਕਹਿੰਦੇ ਆ ਫੋਕੋ ਲਾਈ ਹੋਇਆ ਜੀ 27 ਸੋਰੇ ਸੋਰੇ ਹੁੰਦੇ ਜਿਹੜੇ ਸਿਸਟਰ ਜਿਹੜੇ 크ਰਿਸਚੀਅਨ ਤਰਨ ਦੇ ਵਿੱਚ ਸਿਸਟਰ ਹੁੰਦੀਆਂ ਨੇ ਉਹਨਾਂ ਨੂੰ ਸੋਰੇ ਕਹਿੰਦੇ ਆ ਜੀ 27 ਸੋਰੇ ਜਿਹੜੇ ਆ ਪੋਜ਼ੀਟਿਵ ਆਏ ਤੇ ਇਹਨਾਂ ਦੇ ਵਿੱਚੋਂ ਚਾਰਾਂ ਦੀ ਮੌਤ ਹੋਈ ਆ ਰਸ਼ੀਆ ਦੇ ਵਿੱਚ ਜ ਤੀਸਰੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੀ ਉੱਥੇ ਦਾ ਸਰਕਾਰ ਨੇ ਜਿਹੜਾ ਹੈਲਥ ਮਿਨਿਸਟਰਾ ਉਹਨਾਂ ਨੇ ਸਰਕਾਰ ਨੇ ਅਲਾਰਮ ਬਜਾਤਾ ਅਲਾਰਮ ਦੀ ਘੈਂਟੀ ਬਜਾ ਦਿੱਤੀ ਹੈ ਜੀ ਉਹ ਕਹਿ ਰਹੇ ਨੇ ਕਿ ਹੋ ਜਾਓ ਸਾਵਧਾਨ ਸਾਵਧਾਨ ਹੋ ਜਾਓ ਫਿਰ ਨਾ ਕਿਓ ਦੱਸਿਆ ਨਹੀਂ ਸਪੇਨ ਦੇ ਵਿੱਚ ਮਾਸਕਾ ਜੇਕਰ ਤੁਸੀਂ ਸਪਿਆਤ ਜੇ ਤੇ ਜਾਣਾ ਕਹਿੰਦਾ ਮਤਲਬ ਸਮੁੰਦਰ ਦੇ ਕੰਡੇ ਧੁੱਪ ਸੇਕਣ ਜਾਣਾ ਰੰਗ ਕਾਲਾ ਕਰਨ ਲਈ ਧੁੱਪ ਦੇ ਕੋਲ ਜਾਣਾ ਵਿਟਾਮਿਨ ਡੀ ਲੈਣ ਦੇ ਲਈ ਧੁੱਪ ਦੇ ਕੋਲ ਜਾਣਾ ਤਾਂ ਤੁਹਾਨੂੰ ਫਿਰ ਵੀ ਮਾਸਕ ਪਾਣ ਦੀ ਲੋੜ ਆ ਜੀ ਹੁਣ ਨਹੀਂ ਟਾਲਦੇ ਜੀ ਪ੍ਰਾਈਵੇਟ ਪਾਰਟੀਆਂ ਕਰਦੇ ਹੋ ਇਸ ਕਰਕੇ ਤੁਹਾਨੂੰ ਵੀ ਸਾਵਧਾਨ ਕਰਦਿਆਂ ਜੇਕਰ ਬਿੱਲ ਆ ਤੁਹਾਡਾ ਤੁਹਾਡੇ ਘਰ ਉਹ ਅਪਾਰਟਮੈਂਟ ਹੈ ਯਾਰਾਂ ਦੋਸਤਾਂ ਨਾਲ ਕੇ ਪਾਰਟੀ ਕਰ ਰਹੀ ਹੈ ਤਾਂ ਕਿਸੇ ਨੂੰ ਨਹੀਂ ਬੁਲਾਇਆ ਤਾਂ ਪ੍ਰੋਬਲਮ ਪੈ ਸਕਦੀ ਆ 9000 ਦਾ ਮੂਲ ਤਾਂ ਹੋਇਆ 18 ਜਾਨਿਆਂ ਨੂੰ 9000 ਬੰਦਿਆਂ ਨੂੰ 9000 ਤਕ ਲਗਭਗ 200 ਦਾ ਮੂਲ ਤਾਂ ਹੋਇਆ ਇਹ ਜੋ ਮੂਲ ਤਾਂ ਹੋਇਆ ਜੀ ਇਹਨਾਂ ਦੀ ਉਮਰ 1520 ਸਾਲ ਦੀ ਸੀ ਤੁਸੀਂ ਇਹ ਦੇਖ ਲਓ ਵੀ ਸਾਰਿਆਂ ਨੂੰ ਤਕਰੀਬਨ ਕਿਸੇ ਨੂੰ 400 ਦਾ ਹੋਇਆ ਕਿਸੇ ਨੂੰ 500 ਦਾ ਹੋਇਆ ਸਾਰੇ ਨੂੰ ਕਿਉਂਕਿ ਉੱਥੇ ਵੀ ਪੈਗ ਸੱਗ ਲੱਗ ਰਹੇ ਸੀ ਭੰਗੜੇ ਪੈ ਰਹੇ ਸੀ ਪਾਰਟੀਆਂ ਮਨਾ ਰਹੇ ਸਰਕਾਰ ਕਹਿ ਰਹੀ ਹੈ ਵੀ ਪਾਰਟੀਆਂ ਨਾ ਮਨਾਓ ਪਰ ਜਿਹੜੇ ਟਾਲਦੇ ਨਹੀਂ ਫਿਰ ਇਹਨਾਂ ਨੇ ਫਿਰ ਇਦਾਂ ਹੀ ਟਾਲਦੇ ਆ ਕਹਿੰਦੇ ਨੇ ਸਭ ਇੱਕ ਕੋ ਇੱਕ ਕੋ ਤੇ ਜਿਹੜੀ ਸੇਖਾ ਫਿਰ ਸਭੀ ਕੋ ਇਹਦਾ ਫਿਰ ਇਹੀ ਕੰਮ ਹੁੰਦਾ ਇਹੀ ਹੱਲ ਹੁੰਦਾ ਜੀ ਜੀ ਇਟਲੀ ਦੇ ਵਿੱਚ ਜੋ ਬਹੁਤ ਤਕੜਾ ਕਪਲਾ ਹੋਇਆ ਘੋਟਾਲਾ ਹੋਇਆ ਕਿਹੜਾ ਘੋਟਾਲਾ ਹੋਇਆ ਕਪਲਾ ਹੋਇਆ ਕਪਲਾ ਘੋਟਾਲਾ ਹੋਇਆ ਜੀ ਸਿਚੀਲੀਆ ਦੇ ਵਿੱਚ ਜਿੱਥੇ ਉਹ ਪੂਨੀ ਕਰ ਰਹੇ ਜਿਹੜੇ ਟੈਸਟ ਕਰ ਰਹੇ ਮੈਡੀਕਲ ਟੈਸਟ ਕਰ ਰਹੇ ਸੀ ਉਹਨਾਂ ਨੇ ਸਭ ਤੋਂ ਬਹੁਤ ਗੇਮ ਪਾਈ ਜੀ ਇਹਨਾਂ ਨੂੰ 10% ਮਿਲਦਿਆ ਹੈ 10% ਜਿਹੜੀ ਪੈਸੇ ਮਿਲ ਰਹੀ ਸ਼ਾਇਦ ਜਿਹੜੇ ਉੱਥੇ ਪੈਸੇ ਲੈ ਕੇ ਹੁਣ ਇਸ ਟਾਈਮ ਅਸੀਂ ਸ਼ਾਇਦ ਹੀ ਕਹਾਂਗੇ ਕਿਉਂਕਿ ਅਖਬਾਰ ਦੇ ਵਿੱਚ ਇਹ ਨਹੀਂ ਦੱਸਿਆ ਕਿ ਕਿੰਨੇ ਪੈਸੇ ਦਾ ਟੈਸਟ ਹੋਣਾ ਟੈਸਟ ਜਿਹੜਾ ਹੋ ਰਿਹਾ ਸਰਕਾਰ ਤੋਂ ਪੈਸੇ ਜੇ ਲੈ ਰਹੇ ਆ ਤਾਂ ਜੇ ਟੈਸਟ ਤੋਂ 5000 ਹੋ ਰਿਹਾ ਸੀ 6000 ਹੋ ਰਿਹਾ ਤਾਂ ਉਹ ਕਹਿ ਰਹੇ ਕਿ ਟੈਸਟ 8000 ਹੋ ਰਿਹਾ ਬੰਦਾ ਜੇ 100 ਪੋਜ਼ੀਟਿਵ ਆ ਰਿਹਾ ਤਾਂ ਉਹ ਕਹਿ ਰਹੇ 200 ਪੋਜ਼ੀਟਿਵ ਆ ਰਹੇ ਬੰਦਿਆਂ ਦੀ ਮੌਤ 30 ਦੀ ਹੋਈ ਹੈ ਤੇ ਉਹ ਦੱਸ ਰਹੇ ਸੀ ਕਿ 10 ਬੰਦਿਆਂ ਦੀ ਮੌਤ ਹੋਈ ਹੈ ਕਹਿੰਦਾ ਮਤਲਬ ਕਦੇ ਵਧਾਈ ਜਾਂਦੇ ਸੀ ਕਦੇ ਘਟਾਈ ਜਾਂਦੇ ਸੀ ਐਦਾਂ ਦਾ ਕਬਲਾ ਸਿਚੀਲੀਆ ਦੇ ਵਿੱਚ ਸਾਹਮਣੇ ਆਇਆ ਜੇ ਸਿਚੀਲੀਆ ਦੇ ਵਿੱਚ ਲਗਾਤਾਰ 1-2 ਦਿਨਾਂ ਦੇ ਵਿੱਚ 300 ਕੇਸ ਵਧ ਆ ਜਾ ਗਏ ਆ ਜਾਂਦੇ ਸੀ ਕਦੇ ਘਟਾ ਜਾਂਦੀ ਉੱਥੇ ਫਿਰ ਸਪੈਸ਼ਲ ਇਨਕੁਆਰੀ ਬਠਾਈ ਗਈ ਉਹਨਾਂ ਨੇ ਕੀ ਕਿਤੇ ਆ ਜੀ ਲਬਿਆ ਮਰੀਆ ਲਤੀਤਿਆ ਡੇਲੀ ਬੈਰਟੀ ਨਾਮ ਆ ਜੀ ਜਿਹੜਾ ਉੱਥੇ ਦੀ ਇੰਚਾਰਜ ਸੀ ਜਿਹਨੇ ਹਰ ਇੱਕ ਟੈਸਟ ਉਹਦਾ ਜਿਹੜਾ ਪ੍ਰੈਜ਼ੀਡੈਂਟ ਸੀਗੇ ਇਦਾਂ ਰੱਖ ਲੈਣੇ ਉਹਨਾਂ ਨੇ ਕਰਨਾ ਹੀ ਉਹ ਕਹਿ ਰਹੀ ਕੋਈ ਗੱਲ ਨਹੀਂ ਖਿੱਚ ਦੇਉ ਘਮ ਖਿੱਚ ਦਿਓ 100 ਬੰਦਾ ਪੋਜ਼ਿਟਿਵ ਆ ਨਹੀਂ ਤੁਸੀਂ ਐ ਕਰੋ 100 ਨਾ ਕਹੋ 50 ਕਹਿ ਦਿਓ 200 ਆ ਤੁਸੀਂ 100 ਕਹਿ ਦਿਓ ਟੈਸਟ ਕਿੰਨੇ ਕੀਤੇ ਜੀ 5000 ਟੈਸਟ ਕੀਤਾ ਤੁਸੀਂ ਕਹਿ ਦਿਓ 8936 ਟੈਸਟ ਕੀਤਾ ਕਹਿਣ ਦਾ ਮਤਲਬ ਕਿ ਇਸ ਤਰ੍ਹਾਂ ਸਾਨੂੰ ਵੀ 10% ਮਿਲੂਗਾ ਬਾਅਦ ਵਿੱਚ ਕੀ ਕੀਤਾ ਕਹਿੰਦੇ ਅਸੀਂ ਇਸ ਤਰ੍ਹਾਂ ਤਾਂ ਕੀਤਾ ਕਰਨ ਤੇ ਤਾਂ ਮਜਬੂਰ ਹੋਏ ਕਿਉਂਕਿ ਇਸ ਤਰ੍ਹਾਂ ਕਰਨ ਦੇ ਨਾਲ ਅਸੀਂ ਚਾਹੁੰਦੇ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਬੰਦ ਹੋ ਰਹੀਆਂ ਬੰਦਿਆਂ ਦਾ ਕੰਮ ਜਾ ਰਿਹਾ ਉਹ ਨਾ ਜਾਵੇ ਤੇ ਜਿਹੜੇ ਬੰਦੇ ਮਰ ਰਹੇ ਸੀ ਉਹ ਤਾਂ ਕਹਿੰਦੇ ਉਦਾਂ ਵੀ ਮਰ ਨਹੀਂ ਆ ਅਸੀਂ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਨੇਚਰਲ ਡੈਥ ਹੋਈਆ ਪਰ ਉਹ ਕੋਵਿਡ ਦੇ ਨਾਲ ਹੋਈ ਸੀ ਬੈਡਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਬੈਡਾਂ ਬੈਡ ਜਿਹੜੇ ਸਾਨੂੰ ਚਾਹੀਦੇ ਸੀ ਜਿਸ ਕਾਰਨ ਉਹ ਜਿਹੜਾ ਮਰਦਾ ਸੀ ਉਹਨੂੰ ਅਸੀਂ ਮਰਨ ਦਿੱਤਾ ਬਹੁਤ ਤਕੜੀ ਗੇਮ ਚੱਲੀ ਆ ਜੀ ਸਚਿਲੀਏ ਦੇ ਵਿੱਚ ਹੁਣ ਇਹਨਾਂ ਨੇ ਦੱਸਿਆ ਕਿ ਇਹ ਜਿਹੜੇ ਆ ਗਿਣਤੀਆਂ ਘਟਾ ਰਹੇ ਸੀ ਜੇਕਰ ਕਿਸੇ ਇਟਲੀ ਦੇ ਕੋਨੇ ਦੇ ਵਿੱਚ ਕੋਈ ਗਿਣਤੀ ਘਟਾ ਰਿਹਾ ਤਾਂ ਕਿਸੇ ਇਟਲੀ ਦੇ ਕੋਨੇ ਵਿੱਚ ਦੁਨੀਆ ਦੇ ਕੋਨੇ ਦੇ ਵਿੱਚ ਕੋਈ ਬੰਦਾ ਇਦਾਂ ਦਾ ਵੀ ਹੋਊਗਾ ਜਿਹੜਾ ਗਿਣਤੀਆਂ ਵਧਾ ਰਿਹਾ ਕਿਉਂਕਿ ਅਸੀਂ ਦੇਖਿਆ ਨਾ ਜਦੋਂ ਵੀ ਰੇਟ ਵੱਧ ਜਾਂਦਾ ਜਦੋਂ ਵੀ ਜਿਹੜਾ ਇਹਨਾਂ ਦਾ ਵਧ ਗ ਜਾਂਦੇ ਘਟ ਜਾਂਦੇ ਇਹ ਹੈ ਹੋ ਹੋ ਸਕਦਾ ਕਿ ਸ਼ਾਇਦ ਇੱਕ ਬਿਜ਼ਨਸ ਹੋ ਕਿਉਂਕਿ ਅਸੀਂ ਸਰਕਾਰ ਦੇ ਵਿਰੁੱਧ ਜਾ ਕੇ ਨਹੀਂ ਕਹਿ ਸਕਦੇ ਕਿ ਬਿਜ਼ਨਸ ਆ ਪਰ ਅਸੀਂ ਕਹਿ ਰਹੇ ਹਾਂ ਕਿ ਸ਼ਾਇਦ ਇਹ ਇਦਾਂ ਹੋ ਸਕਦਾ ਤੁਸੀਂ ਕੀ ਸੋਚਦੇ ਇਸ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਸਾਰਿਆਂ ਦੀ ਰਾਏ ਲੈਣੀ ਵੀ ਬਹੁਤ ਜ਼ਰੂਰੀ ਹੈ ਇਸ ਕਰਕੇ ਤੇ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਸੀਂ ਸੁਣ ਰਹੇ ਹੋ ਗੁਰਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੇ ਆਪਣਾ ਆਪਣੇ ਘਰ ਪਰਿਵਾਰ ਦਾ ਖਿਆਲ ਰੱਖਿਓ ਹਾਂਜੀ ਜੇਕਰ ਜੱਟ ਪਰਿਵਾਰ ਤੋਂ ਹੋਵੇ ਤਾਂ ਇਟਲੀ ਦੇ ਵਿੱਚ ਤੁਹਾਡੀ ਲੜਕੀ ਆ ਜਿਹਦਾ ਵਿਆਹ ਹੋਣ ਵਾਲਾ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਤੇ ਇਟਲੀ ਦੇ ਵਿੱਚ ਇਟਾਲੀਅਨ ਪਾਸਪੋਰਟ ਆ ਮੁੰਡੇ ਦੇ ਕੋਲ ਆਪਣਾ ਕੰਮ ਬਿਜ਼ਨਸ ਵਾ ਇੰਸ਼ੋਰੈਂਸ ਕੰਪਨੀ ਵਗੈਰਾ ਆਫਿਸ ਨੇ ਦੋ ਤਿੰਨ ਤੇ ਤੁਸੀਂ ਇਟਾਲੀਅਨ ਨੈਸ਼ਨੈਟੀ 28 ਸਾਲ ਨੂੰ ਉਹਦੀ ਉਮਰ ਆ ਕੰਮਕਾਰ ਸਭ ਠੀਕ ਆ ਤੇ ਉਹਦੇ ਨਾਲ ਜੇ ਰਿਸ਼ਤਾ ਕਰਵਾਉਣਾ ਚਾਹੁੰਦੇ ਤਾਂ ਲੜਕੇ ਦੀ ਮੰਮੀ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਨੰਬਰ 327 463 ਤਰੇੰਨੂ 48 ਤੇ ਆਪਣਾ ਆਪਣੇ ਘਰ ਪਰਵਦਾ ਖਿਆਲ ਰੱਖੋ ਜੀ ਸੋਨ ਰਹੇ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਅਨ ਕਵਰਾਂ ਪੰਜਾਬੀ ਦੇ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ